कहानी एक नोवेल दी छਵੇਂ कांड ਦਾ ਬਾਕੀ ਹਿੱਸਾ ਡਾਕਟਰ ਦੇਵ ਸਵੇਰ ਹੋਣ ਤੋਂ ਕਰਫਿਊ ਹਟਿਆ ਤਾਂ ਮਨੁੱਖਰ ਆਇਆ ਪਰ ਉਹਦਾ ਚਿਹਰਾ ਉਤਰਿਆ ਹੋਇਆ ਸੀ ਇੰਜ ਜਿਵੇਂ ਲੰਮੀ ਬਿਮਾਰੀ ਤੋਂ ਉਠਿਆ ਹੋਵੇ ਕ੍ਰਿਸ਼ਨ ਲਾਲ ਰਾਤੀ ਸੌ ਨਹੀਂ ਸੀ ਸਕੇ ਹੁਣੇ ਜੇ ਅੱਖ ਲੱਗੀ ਸੀ ਪਰ ਸਰਲਾ ਨੇ ਮਨੁ ਨੂੰ ਆਉਂਦਿਆਂ ਵੇਖਿਆ ਸੀ ਤੇ ਹੁਣ ਉਹਦੇ ਮੂੰਹ ਹਲ ਵੇਖਦੀ ਕਬਰਾ ਗਈ ਮਨੂ ਸਿੱਧਾ ਆਪਣੇ ਕਮਰੇ ਦੀ ਆਪਣੀ ਮੰਜੀ ਵੱਲ ਗਿਆ ਤੇ ਮੁੱਦਾ ਜਿਹਾ लेट ਕੇ ਬੀਤੇ ਦਿਨਾਂ 'ਚ ਉਤਰ ਗਿਆ ਅੱਜ ਕੁਝ ਵੀ ਪਕੜ 'ਚ ਨਹੀਂ ਸੀ ਆ ਰਿਹਾ ਕਿ ਪਿਛਲੇ ਦਿਨੀ ਉਹ ਜੋ ਧਰਮ ਰੱਖਿਆ ਸਭਾ 'ਚ ਸ਼ਾਮਲ ਹੋਇਆ ਸੀ ਉਹ ਸਭ ਕੁਝ ਕੀ ਸੀ ਸਰਲਾ ਨੇ ਕੋਲ ਆ ਕੇ ਮਨੂ ਦੀ ਪਿੱਠ ਤੇ ਹੱਥ ਰੱਖਿਆ ਤਾਂ ਮਨੂ ਨੇ ਸਿਰ ਚੁੱਕ ਕੇ ਹੈਰਾਨੀਆਂ ਜਿਹੀਆਂ ਅੱਖਾਂ ਨਾਲ ਮਾਂ ਵੱਲ ਵੇਖਿਆ ਮਾਂ ਪੁੱਛ ਰਹੀ ਸੀ ਮਨੂ ਕੀ ਹੋਇਆ ਤੇ ਮਨੂ ਨੇ ਕੁਝ ਸੰਭਲ ਕੇ ਕਿਹਾ ਮੀ ਕੁਝ ਨਹੀਂ ਹੋਇਆ ਥੱਕ ਗਿਆ ਹਾਂ ਕੁਝ ਖਾਣ ਨੂੰ ਦੇ ਮਨੂ ਜਾਣਦਾ ਸੀ ਕਿ ਜਦੋਂ ਪਿਆਰ ਨਾਲ ਮਾਂ ਨੂੰ ਅੰਮੀ ਕਹਿੰਦਾ ਤੇ ਮਾਂ ਹੋਰ ਵੀ ਬਹੁਤੇ ਮੋਹ ਚ ਭਿੱਜ ਜਾਂਦੀ ਏ ਕਹਿਣ ਲੱਗਾ ਅੰਮੀ ਛੇਤੀ ਨਾਲ ਕੁਝ ਖਾਣ ਨੂੰ ਦੇ ਮੈਂ ਜ਼ਰਾ ਚਾਚਾ ਜੀ ਵੱਲ ਜਾਵਾਂਗਾ ਸਰਲਾ ਨੇ ਛੇਤੀ ਨਾਲ ਦੁੱਧ ਦਾ ਗਲਾਸ ਆਂਦਾ ਨਾਲ ਹਲਵਾ ਤੱਤਾ ਕਰਕੇ ਲਿਆਈ ਤੇ ਮਨੂ ਦੇ ਕੋਲ ਮੰਜੀ ਦੀ ਰੱਸੀ ਉੱਤੇ ਬੈੰਦੀ ਕਹਿਣ ਲੱਗੀ ਤੇਰੇ ਦੇਵ ਚਾਚਾ ਰਾਤੀ ਘਰੇ ਕਿੱਥੇ ਕਿੱਥੇ ਗਏ ਹੋਣਗੇ ਤੈਨੂੰ ਲੱਭਣ ਲਈ ਮਨੂ ਦੀ ਆਵਾਜ਼ ਘਬਰਾ ਗਈ ਮੈਨੂੰ ਲੱਭਣ ਲਈ ਕਿਉਂ ਸਰਲਾ ਨੇ ਫੇਰ ਬੋਲਿਆ ਮੈਂ ਹੀ ਕਬਰਾ ਕੇ ਉਹਨਾਂ ਨੂੰ ਬੁਲਾਇਆ ਸੀ ਤੇਰੇ ਕਾਗਜ਼ਾਂ 'ਚ ਇੱਕ ਕਾਗਜ਼ ਮਿਲਿਆ ਸੀ ਤੇ ਮੈਂ ਪੜ੍ਹ ਕੇ ਡਰ ਗਈ ਸਾਂ ਕਾਗਜ਼ ਉੱਤੇ ਹੋਰ ਕੁਝ ਨਹੀਂ ਸੀ ਲਿਖਿਆ ਹੋਇਆ ਪਰ ਲਾਲ ਕੂਚਾ ਲਿਖਿਆ ਸੀ ਉਹ ਤਾਂ ਨਿਹਰਾ ਮੁਸਲਮਾਨਾਂ ਦਾ ਇਲਾਕਾ ਸੀ ਇਸੇ ਲਈ ਡਰ ਗਈ ਸਾਂ ਮਨੂ ਦੀਆਂ ਅੱਖਾਂ ਕੰਧ ਵੱਲ ਵੇਖਣ ਲੱਗੀਆਂ ਤਾਂ ਜੱਪਿਆ ਉਹ ਕੰਧ ਉੱਤੇ ਜੰਮ ਗਈਆਂ ਹਨ ਪੂਰਾ ਰਸਤਾ ਮਨੂ ਦੇ ਪੈਰ ਥਿੜਕਦੇ ਰਹੇ ਤੇ ਜਦੋਂ ਦੇਵ ਚਾਚਾ ਕੋਲ ਪਹੁੰਚਿਆ ਤਾਂ ਸੁੱਤੇ ਪਏ ਸਨ ਮਨ ਨੂੰ ਕਬਰਾਟ ਹੋਈ ਸ਼ਾਇਦ ਉਹਨਾਂ ਦੀ ਤਬੀਅਤ ਠੀਕ ਨਹੀਂ ਰਾਤ ਵਾਲੀ ਘਟਨਾ ਉਹਨੂੰ ਕਦੀ ਮਾਫ਼ ਨਹੀਂ ਕਰਨਗੀ ਮੂੰਹ ਹੌਲੀ ਜਿਹੀ ਮਿੰਨਤ ਵਰਗੀ ਆਵਾਜ਼ ਨਿਕਲੀ ਚਾਚਾ ਜੀ ਆ ਮਨੂੰ ਮੈਂ ਜਾਗਦਾ ਦੇਵ ਨੇ ਕਿਹਾ ਪਰ ਮਨਜੀ ਤੋਂ ਉੱਠੇ ਨਹੀਂ ਕਹਿਣ ਲੱਗੇ ਹੁਣ ਜਿਉਣ ਲਈ ਜੀ ਨਹੀਂ ਕਰਦਾ ਮਨੂੰ ਇਹ ਸਭ ਦੇਖਿਆ ਨਹੀਂ ਜਾਂਦਾ ਮੈਨੂੰ ਮਾਫ਼ ਕਰ ਦਿਓ ਚਾਚਾ ਜੀ ਮਨੂੰ ਕਹਿ ਰਿਹਾ ਸੀ ਜਿਸ ਵੇਲੇ ਦੇਵ ਨੇ ਅਖਬਾਰ ਵੱਲ ਇਸ਼ਾਰਾ ਕੀਤਾ ਅੱਜ ਦਾ ਅਖਬਾਰ ਵੇਖੀਏ ਸਟੇਸ਼ਨ ਉੱਤੇ ਪੂਰੀ ਗੱਡੀ ਲਾਸ਼ਾਂ ਨਾਲ ਭਰੀ ਹੋਈ ਆਈ। ਇੰਨੇ ਚ ਟੈਲੀਫੋਨ ਦੀ ਘੰਟੀ ਖੜਕੀ। ਮਨੂ ਨੇ ਫੋਨ ਸੁਣਿਆ ਤੇ ਕਿਹਾ ਚਾਚਾ ਜੀ ਤੁਹਾਨੂੰ ਹਸਪਤਾਲ ਬੁਲਾ ਰਹੇ ਨੇ ਉੱਥੇ ਬਹੁਤ ਸਾਰੇ ਜ਼ਖਮੀ ਲੋਕ ਲਿਆਂਦੇ ਜਾ ਰਹੇ ਨੇ। ਦੇਵ ਕੁਝ ਦੇਰ ਖਾਮੋਸ਼ ਰਿਹਾ ਫਿਰ ਕਹਿਣ ਲੱਗੀ ਇਹਨਾਂ ਜ਼ਖਮੀਆਂ ਦੇ ਸਾਹਮਣੇ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ? ਉਹ ਕੀ ਕਹਿਣਗੇ? ਅੱਜ ਇਹ ਇਨਸਾਨ ਸਾਨੂੰ ਪੱਟੀਆਂ ਬੰਨਣ ਆਇਆ। ਕੱਲ ਇਹੋ ਸਾਡੀ ਛਾਤੀ ਤੇ ਗੋਲੀਆਂ ਚਲਾ ਰਿਹਾ ਸੀ। ਇਹੋ ਨੱਕ ਅੱਖਾਂ ਉਹਦੀਆਂ ਸਨ ਮਨੂ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤਾਂ ਦੇਵ ਕਹਿਣ ਲੱਗੇ ਦੇਖ ਮਨੂ ਨਫਰਤ ਦੇ ਦਾਗ ਨਫਰਤ ਦੇ ਪਾਣੀ ਨਾਲ ਨਹੀਂ ਧੋਤੇ ਜਾ ਸਕਦੇ ਅੰਗ ਸਤਵਾਂ ਇੱਕ ਤਰਕਾਲ ਮਨੂ ਆਇਆ ਕੁਝ ਇਸ ਤਰ੍ਹਾਂ ਜਿਵੇਂ ਉਹਦੇ ਕਦਮ ਉਹਦੇ ਵਸਟਰ ਨਾ ਹੋਣ ਉਹਦੀ ਅੰਗਵਾਚੀਆਂ ਅੱਖਾਂ ਪਤਾ ਨਹੀਂ ਕਿੱਥੇ ਕੀ ਲੱਭ ਰਹੀਆਂ ਸਨ ਦੇਵ ਕਰੀਬ-ਕਰੀਬ ਸੁੱਤੇ ਪਏ ਸਨ ਜਦੋਂ ਮਨੂ ਆਇਆ ਉਹ ਉਠੇ ਦਰਵਾਜ਼ਾ ਖੋਲ੍ਹਿਆ ਮਨੂ ਦਾ ਹੱਥ ਫੜ ਕੇ ਉਹਨੂੰ ਆਪਣੇ ਕੋਲ ਲੈ ਆਇਆ ਬਿਠਾਇਆ ਪਾਣੀ ਦਾ ਗਲਾਸ ਦਿੱਤਾ ਉਹਦੇ ਮੋਢੇ ਤੇ ਹੱਥ ਰੱਖਿਆ ਪਰ ਮਨੂ ਕੋਲੋਂ ਕੁਝ ਕਿਹਾ ਬੋਲਿਆ ਨਹੀਂ ਸੀ ਜਾ ਰਿਹਾ ਦੱਸੋ ਮਨੂ ਕੀ ਗੱਲ ਹੈ ਦੇਵ ਦੀ ਆਵਾਜ਼ 'ਚ ਇਹੋ ਜਿਹਾ ਮੋਹ ਤੇ ਤਕਾਜ਼ਾ ਸੀ ਕਿ ਮਨੂ ਨੇ ਕਿਹਾ ਇੱਕ ਗੱਲ ਕਿਸੇ ਤੋਂ ਪੁੱਛਣਾ ਚਾਹਨਾ ਪਰ ਪਤਾ ਨਹੀਂ ਲੱਗ ਰਿਹਾ ਕਿਹਦੇ ਕੋਲੋਂ ਪੁੱਛਾਂ ਦੇਵ ਮੁਸਕਰਾ ਪਏ ਮਾਂ ਕੋਲੋਂ ਪੁੱਛ ਸਕਦਾ ਹੈ ਪਿਤਾ ਕੋਲੋਂ ਪੁੱਛ ਸਕਦਾ ਹੈ ਆਪਣੇ ਇਸ ਦੇਵ ਚਾਚਾ ਕੋਲੋਂ ਪੁੱਛ ਸਕਦਾ ਹੈ ਇਹ ਤਿੰਨੇ ਤੇਰੇ ਮਿੱਤਰ ਨੇ ਤੇਰੇ ਆਪਣੇ ਮਨੂ ਦੀ ਆਵਾਜ਼ 'ਚ ਹਲਕੇ ਜਿਹੀ ਕੰਬਣੀ ਸੀ ਕਹਿਣ ਲੱਗਾ ਮਾਂ ਤੇ ਪਾਪਾ ਕੋਲੋਂ ਪੁੱਛਣਾ ਠੀਕ ਨਹੀਂ ਲੱਗ ਰਿਹਾ ਸ਼ਾਇਦ ਤੁਹਾਡੇ ਕੋਲੋਂ ਪੁੱਛ ਸਕਦਾ ਹਾਂ ਮਨੂ ਮੇਰੇ ਕੋਲ ਕੁਝ ਵੀ ਪੁੱਛ ਲੈ ਮੈਂ ਕੌਣ ਮਨੂ ਦੀ ਆਵਾਜ਼ 'ਚ ਇੱਕ ਤਲਖੀ ਜਿਹੀ ਉਤਰਾਈ ਤੇ ਉਹਦਾ ਬदन ਜਿਵੇਂ ਗਲ ਦੇ ਕੱਪੜਿਆਂ 'ਚ ਸੁੰਗੜ ਰਿਹਾ ਹੋਵੇ ਤੂੰ ਮਨੂ ਹੈ ਦੇਵ ਨੇ ਕਿਹਾ ਤੇ ਮਨੂ ਨੂੰ ਬਾਹਾਂ 'ਚ ਲੈ ਲਿਆ ਤੁਸੀਂ ਪਾਪਾ ਦੇ ਕਰੀਬੀ ਦੋਸਤ ਹੋ ਤੇ ਮੈਨੂੰ ਪਾਪਾ ਵਾਂਗ ਪਿਆਰ ਕਰਦੇ ਹੋ ਕੁਝ ਪੁੱਛਾਂ ਤਾਂ ਦੱਸਦੇ ਹੋਗੇ ਦੇਵ ਦੇ ਅੰਦਰ ਬਹੁਤ ਅੰਦਰ ਜੋ ਖਾਮੋਸ਼ੀ ਸੀ ਉਹਦੇ ਵਿੱਚ ਮਨੂ ਦੀ ਆਵਾਜ਼ ਉੱਤਰ ਗਈ ਤੇ ਚੁੱਪਚਾਪ ਮਨੂ ਵੱਲ ਵੇਖਣ ਲੱਗ ਪਏ ਤੁਸੀਂ ਬੋਲੇ ਨਹੀਂ ਮਨੂ ਨੇ ਕਿਹਾ ਤੇ ਦੇਵ ਕਹਿਣ ਲੱਗੇ ਜੇ ਆ ਕੁਝ ਵੀ ਨਹੀਂ ਮਨੂ ਜੋ ਮੈਂ ਤੇ ਤੇਰੇ ਪਾਪਾ ਤੈਨੂੰ ਦੱਸ ਨਹੀਂ ਸਕਦੇ ਪੁੱਤ ਮਨੂ ਨੇ ਦੇਵ ਚਾਚਾ ਦੀਆਂ ਅੱਖਾਂ 'ਚ ਦੇਖਿਆ ਤੇ ਕਿਹਾ ਕਿ ਮਾਂ ਤੇ ਪਾਪਾ ਨੇ ਮੈਨੂੰ ਕਿਤੋਂ ਗੋਦ ਲਿਆ ਸੀ ਕਿ ਮੈਂ ਉਹਨਾਂ ਦਾ ਬੇਟਾ ਨਹੀਂ ਦੇਵ ਨੂੰ ਅਹਿਸਾਸ ਹੋਇਆ ਕਿ ਮਨੂ ਦੇ ਸਵਾਲ ਨੂੰ ਚਲਣਾ ਹੋਏਗਾ ਕਹਿਣ ਲੱਗੇ ਪਹਿਲੂ ਮੈਨੂੰ ਇਹ ਦੱਸ ਕਿ ਕੀ ਗੋਦ ਲਿਆ ਬੇਟਾ ਬੇਟਾ ਨਹੀਂ ਹੁੰਦਾ ਹੁਣ ਮਨ ਨੂੰ ਕੁਝ ਆਪਣੇ ਆਪ ਚ ਆਇਆ ਆਪਣਾ ਆਪ ਜੋ ਖਿੰਡ ਗਿਆ ਸੀ ਉਹਨੂੰ ਕੁਝ ਸਮੇਟਦਾ ਕਹਿਣ ਲੱਗਾ ਇਹ ਜਿਹੋ ਜਿਹੀ ਮਾਂ ਮਿਲੀ ਪਾਪਾ ਮਿਲੇ ਚਾਹਾਂਗਾ ਮੇਰੇ ਹਰ ਜਨਮ ਚ ਮੈਨੂੰ ਇਹੋ ਮਿਲਣ ਪਰ ਜੋ ਸੁਣਿਆ ਹੋ ਸਕਦਾ ਉਹਦਾ ਅੰਜਾਮ ਚੰਗਾ ਨਾ ਹੋਵੇ ਕੀ ਸੁਣਿਆ ਦੇਵ ਨੇ ਪੁੱਛਿਆ ਤਾਂ ਮਨ ਨੂੰ ਕਹਿਣ ਲੱਗਾ ਤੁਸੀਂ ਜਾਣਦੇ ਹੋ ਕਿ ਮੈਂ ਮਧੂ ਨੂੰ ਪਿਆਰ ਕਰਦਾ ਉਨੂੰ ਹਾਸਲ ਕਰਨਾ ਚਾਹਨਾ ਪਰ ਜੋ ਸੁਣਿਆ ਹੈ ਜੇ ਉਹਦਾ ਤਾਲੁਕ ਸਿਰਫ ਮੇਰੇ ਨਾਲ ਹੁੰਦਾ ਮੈਂ ਸੁਣ ਕੇ ਹੱਸ ਛੜਦਾ ਪਰ ਉਹਦਾ ਤਾਲੁਕ ਦੂਰ ਤੱਕ ਜਾਏਗਾ ਉੱਥੋਂ ਤੱਕ ਜਿੱਥੇ ਮధు ਮੇਰੇ ਕੋਲੋਂ ਵਿਛੜ ਜਾਏਗੀ ਦੱਸ ਕੀ ਸੁਣਿਆ ਇਹ ਕਿ ਮੈਂ ਕਿਸੇ ਹਸਪਤਾਲ ਚ ਪੈਦਾ ਹੋਇਆ ਸੀ ਤੇ ਮੇਰੀ ਮਾਂ ਸ਼ਾਇਦ ਕੁਆਰੀ ਸੀ ਮੈਨੂੰ ਹਸਪਤਾਲ ਵਿੱਚ ਹੀ ਛੱਡ ਦਿੱਤਾ ਗਿਆ ਤੇ ਉੱਥੋਂ ਇਹ ਮਾਂ ਤੇ ਪਾਪਾ ਮੈਨੂੰ ਲਿਆਏ ਸਨ ਕਿਸ ਨੇ ਕਿਹਾ ਤੁਸੀਂ ਸ਼ਾਇਦ ਉਪਿੰਦਰ ਨੂੰ ਜਾਣਦੇ ਹੋ ਉਹ ਮਧੂ ਦੇ ਕਾਲਜ ਵਿੱਚ ਪੜ੍ਹਦਾ ਹੈ ਕਦੇ-ਕਦੇ ਮਧੂ ਦੇ ਘਰ ਵੀ ਆਉਂਦਾ ਹੈ ਉਹ ਅੱਛਾ ਲੜਕਾ ਨਹੀਂ ਇਹ ਗੱਲ ਮਧੂ ਵੀ ਜਾਣਦੀ ਹੈ ਉਸੇ ਕੋਲੋਂ ਸੁਣਿਆ ਹੈ ਤੇ ਉਪਿੰਦਰ ਨੂੰ ਕਿਸ ਨੇ ਕਿਹਾ ਹੈ ਇਹ ਮੈਂ ਨਹੀਂ ਜਾਣਦਾ ਸਿਰਫ ਇੰਨਾ ਪਤਾ ਹੈ ਕਿ ਉਪਿੰਦਰ ਅਕਸਰ ਜਈਆਂ ਹਰਕਤਾਂ ਕਰਦਾ ਹੈ ਇੱਕ ਵਾਰੀ ਮਧੂ ਦੇ ਕਾਲਜ ਦੀ ਇੱਕ ਲੜਕੀ ਰੰਜੂ ਨੂੰ ਅਸਾਂ ਉਪਿੰਦਰ ਤੋਂ ਬਚਾਇਆ ਸੀ ਕਾਲਜ ਦੀ ਬੱਸ ਖਰਾਬ ਹੋ ਗਈ ਸੀ ਤੇ ਉਹ ਪਿੰਦਰ ਰੰਜੂ ਨੂੰ ਆਪਣੀ ਗੱਡੀ 'ਚ ਬਿਠਾ ਕੇ ਉਹਦੇ ਘਰ ਛੱਡਣ ਲਈ ਲੈ ਗਿਆ ਤੇ ਜਦੋਂ ਮਧੂ ਨੂੰ ਪਤਾ ਲੱਗਾ ਉਹਨੇ ਮੈਨੂੰ ਕਿਹਾ ਕਿ ਅਸੀਂ ਦੋਵੇਂ ਕਿਸੇ ਦੋਸਤ ਦੀ ਗੱਡੀ ਲੈ ਕੇ ਉਹਦਾ ਪਿੱਛਾ ਕਰੀਏ ਅਸੀਂ ਦੋਹਾਂ ਨੇ ਉਹਦਾ ਪਿੱਛਾ ਕੀਤਾ ਸੀ ਉਹ ਸੱਚਮੁੱਚ ਰੰਜੂ ਨੂੰ ਰੰਜੂ ਦੇ ਘਰ ਨਹੀਂ ਸੀ ਲਿਜਾ ਰਿਹਾ ਤੇ ਅਸੀਂ ਰੰਜੂ ਨੂੰ ਬਚਾ ਕੇ ਉਹਦੇ ਘਰ ਛੱਡ ਆਏ ਸੀ ਦੇ ਬੋਲੇ ਫਿਰ ਅਜਿਹੀ ਲੜਕੀ ਦੀਆਂ ਗੱਲਾਂ ਕਿਉਂ ਸੁਣਦੇ ਹੋ ਮਨੂ ਪਲਕੂ ਲਈ ਆਪਣੇ ਅੰਦਰ ਉਤਰਿਆ ਫਿਰ ਕਹਿਣ ਲੱਗਾ ਚਾਚਾ ਜੀ ਅਜਿਹੀਆਂ ਗੱਲਾਂ ਨਾਲ ਮਾਂ ਪਾਪਾ ਨੂੰ ਤੁਹਾਨੂੰ ਤੇ ਮੈਨੂੰ ਵੀ ਸ਼ਾਇਦ ਕੋਈ ਫਰਕ ਨਾ ਪਵੇ ਪਰ ਮਧੂ ਦੀ ਮਾਂ ਤੇ ਉਹਦੇ ਪਾਪਾ ਨੂੰ ਫਰਕ ਪਏਗਾ ਦੇਖ ਮਨੂ ਜੋ ਵੀ ਸੱਚ ਹੈ ਉਹ ਇੱਕ ਦਿਨ ਕ੍ਰਿਸ਼ਨ ਲਾਲ ਤੇਰੇ ਸਾਹਮਣੇ ਰੱਖ ਦੇਣਗੇ ਇਹ ਉਹਨਾਂ ਦਾ ਸੰਕਲਪ ਹੈ ਪਰ ਇਹ ਸਭ ਕੁਝ ਉਸੇ ਪਾਸਿਓਂ ਹੋਣਾ ਚਾਹੀਦਾ ਸੀ ਪਰ ਲੱਗਦਾ ਵਕਤ ਉਹਦਾ ਇੰਤਜ਼ਾਰ ਨਹੀਂ ਕਰੇਗਾ ਦੇਵ ਨੇ ਇੱਕ ਡੂੰਗਾ ਸਾਹ ਲਿਆ ਤੇ ਕਹਿਣ ਲੱਗੇ ਹਾਂ ਮਨੂ ਇਹ ਸੱਚ ਹੈ ਤੇ ਦੇਵ ਨੇ ਮਨੂ ਨੂੰ ਬਾਹਾਂ 'ਚ ਲੈ ਲਿਆ ਇਹ ਹਸਰਲਾ ਤੇ ਕ੍ਰਿਸ਼ਨ ਮੇਰੇ ਦੋਸਤ ਨੇ ਪਰ ਇਸ ਤੋਂ ਵੱਡੀ ਗੱਲ ਇਹ ਕਿ ਦੋਵੇਂ ਇਹੋ ਜਿਹੇ ਇਨਸਾਨ ਨਹੀਂ ਜਿਹੋ ਜੇ ਇਸ ਯੁੱਗ 'ਚ ਨਹੀਂ ਹੁੰਦੇ ਤੂੰ ਖੁਸ਼ ਨਸੀਬ ਹੈਂ ਕਿ ਉਹ ਤੇਰੇ ਮਾਤਾ ਪਿਤਾ ਨੇ ਹਾਂ ਚਾਚਾ ਜੀ ਇਹ ਮੈਂ ਮੰਨਦਾ ਸਿਰਫ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਦੱਸੋ ਜੇ ਕਦੀ ਉਹਦਾ ਖਿਆਲ ਆਵੇ ਉਸ ਮਾਂ ਦਾ ਜਿਨੇ ਮੈਨੂੰ ਜਿਨੇ ਤੈਨੂੰ ਜਨਮ ਦਿੱਤਾ ਸੀ ਤਾਂ ਉਹਨੂੰ ਕਿਹੜੇ ਮਨ ਨਾਲ ਸੋਚੇਗਾ ਮਨੁ ਨੇ ਇੱਕ ਨਜ਼ਰ ਖਿਆਲ 'ਚ ਵੇਖਿਆ ਫਿਰ ਕਿਆ ਕਿਆ ਸਕਦਾ ਅੰਕਿ ਉਹਨੂੰ ਬਹੁਤ અપਮਾਨ ਸਹਿਣਾ ਪਿਆ ਹੋਵੇਗਾ ਪਤਾ ਨਹੀਂ ਉਹਦੇ ਤੇ ਕੀ guzri ਹੋਏਗੀ ਤੇ ਮਨੂ ਨੇ ਦੇਵ ਚਾਚਾ ਦੇ ਮੋਢੇ ਤੇ ਆਪਣਾ ਸਿਰ ਰੱਖ ਦਿੱਤਾ ਫਿਰ ਹੌਲੀ ਜੀ ਕਹਿਣ ਲੱਗਾ ਜੋ ਮੈਨੂੰ ਇੱਕ ਵਾਰ ਮਿਲ ਜਾਏ ਕਿਤੇ ਦਿਸ ਪਵੇ ਕਿਸੇ ਵੀ ਹਾਲਤ ਵਿੱਚ ਮੈਂ ਉਹਨੂੰ ਬਹੁਤ ਪਿਆਰ ਕਰਾਂ ਮਨੂ ਦਾ ਮੱਥਾ ਦੇਵ ਚਾਚਾ ਦੀ ਛਾਤੀ ਨਾਲ ਲੱਗਾ ਹੋਇਆ ਸੀ ਇਸ ਲਈ ਚਿਹਰਾ ਨਹੀਂ ਸੀ ਦਿਸ ਰਿਹਾ ਪਰ ਅਹਿਸਾਸ ਹੋਇਆ ਕਿ ਦੇਵ ਚਾਚਾ ਦੀਆਂ ਅੱਖਾਂ ਚੋਂ ਕੁਝ ਪਾਣੀ ਛਲਕ ਕੇ ਉਹਦੇ ਹੱਥ ਹੁੱਤੇ ਪਿਆ ਉਹਨੇ ਸਿਰ ਚੁੱਕ ਕੇ ਦੇਵ ਚਾਚਾ ਵੱਲ ਵੇਖਿਆ ਉਹਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਤੇ ਬੇਮਾਲੂਮ ਜੀ ਆਵਾਜ਼ ਵੀ ਮਨੂ ਦੇ ਹੱਥ ਤੇ ਡਿੱਗ ਰਹੀ ਸੀ ਉਹ ਦੇਵੀ ਸੀ ਮਨੂ ਚੌਂਕ ਗਿਆ ਕਹਿਣ ਲੱਗਾ ਤੁਸੀਂ ਉਹਨੂੰ ਜਾਣਦੇ ਸੀ ਦੇਵ ਨੂੰ ਜਾਪਿਆ ਇੱਕ ਖਾਮੋਸ਼ੀ ਸੀ ਜੋ ਕਿ ਤੋਂ ਹੌਲੀ ਜੀ ਟੁੱਟ ਗਈ ਸੀ ਛੇਤੀ ਨਾਲ ਕਹਿਣ ਲੱਗੇ ਹੁਣ ਜਾ ਮਨੂ ਹੋਰ ਕੁਝ ਨਾ ਪੁੱਛ ਧੰਨਵਾਦ ਚਲਦਾ